ਜਿੱਥੇ ਦੋ ਔਰਤਾਂ ਨੇ ਉਸਨੂੰ ਰੋਕਿਆ ਤੇ ਪਿੱਛੋਂ ਆਏ ਦੋ ਕਾਰ ਸਵਾਰ ਮੁੰਡਿਆਂ ਵਿੱਚੋਂ ਇੱਕ ਨੇ ਉਤਰ ਕੇ ਔਰਤਾਂ ਨਾਲ ਮਿਲ ਕੇ ਉਸਨੂੰ ਜ਼ਬਰਦਸਤੀ ਕਾਰ ਵਿੱਚ ਧਕੇਲ ਦਿੱਤਾ ਅਤੇ ਉਸ ਨਾਲ ਮਾਰਕੁੱਟ ਵੀ ਕੀਤੀ, ਜਿਸ ਤੋਂ ਬਾਅਦ ਉਸਨੂੰ ਨਸ਼ੇ ਦਾ ਟੀਕਾ ਲਗਾ ਦਿੱਤਾ ਗਿਆ। ਪੀੜਤ ਨੇ ਦੱਸਿਆ ਕਿ ਰਸਤੇ ਵਿੱਚ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਜਦੋਂ ਉਸਨੂੰ ਹੋਸ਼ ਆਈ ਤਾਂ ਉਸਨੇ ਦੇਖਿਆ ਕਿ ਉਹ ਧੂਰੀ ਜ਼ਿਲ੍ਹਾ ਸੰਗਰੂਰ ਵਿੱਚ ਸੀ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਉੱਥੋਂ ਬਚ ਕੇ ਉਸਨੇ ਲੁਧਿਆਣਾ ਪਹੁੰਚ ਕੇ ਆਪਣੇ ਘਰ ਵਾਲਿਆਂ ਨੂੰ ਫੋਨ ਕੀਤਾ ਅਤੇ ਘਰ ਵਾਲਿਆਂ ਨੇ ਉੱਥੇ ਪਹੁੰਚ ਕੇ ਲੁਧਿਆਣਾ ਤੋਂ ਮੋਗਾ ਲਿਆ ਕੇ ਉਸਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ। ਰਣੀ ਕੀ ਗੱਲ ਹੋਈ ਤੁਹਾਡੇ ਨਾਲ? ਜੀ ਮੈਂ ਥੱਲੇ ਕੀ ਗਈ ਸੀ ਇਹਦੀ ਭੈਣ ਕੋਲੇ। ਥੱਲੇ ਕੇ ਭੈਣ ਕੋਲ ਗਈ ਸੀ? ਅੱਛਾ ਜੀ। ਹਾਂਜੀ। ਤੋ ਉੱਥੇ ਕੀ ਹੋਇਆ? ਜੀ ਮੈਂ ਉੱਥੋਂ ਵਾਪਸ ਹੁੰਦੀ ਪਈ ਸੀ, ਪੰਜੀ ਪੀਰੀ ਮੈਂ ਮੱਥਾ ਟੇਕਣਾ ਸੀ। ਹਾਂਜੀ। ਅਤੇ ਮੈਂ ਉੱਥੇ ਰੁਕ ਗਈ, ਮੈਂ ਚਲੋ ਮੈਂ ਮੱਥਾ ਟੇਕ ਕੇ ਤਾਂ ਉੱਥੇ ਟੈਂਪੂ ਚੜ੍ਹ ਚੜ੍ਹ ਜਾਵਾਂਗੀ। ਅਤੇ ਉਸ ਤੋਂ ਬਾਅਦ ਅਤੇ ਗੱਡੀ ਆਈ ਅਤੇ ਗੱਡੀ ਆ ਕੇ ਖੜ ਗਈ ਅਤੇ ਵਿੱਚ ਦੋ ਲੇਡੀਜ਼ ਅਤੇ ਬੰਦਾ ਨੇ ਇੱਕ ਗੱਡੀ ਚੱਲਦੀ ਹੋਈ ਸੀ, ਵੀ ਗੱਡੀ ਨਾ ਸਟਾਰਟ ਕੀਤੀ ਹੋਈ ਸੀ ਅਤੇ ਉਹਨਾਂ ਨੇ ਮੇਰੇ ਮੂੰਹ ਦੇ ਉੱਤੇ ਕੱਪੜਾ ਰੱਖਿਆ, ਕੱਪੜਾ ਰੱਖ ਕੇ ਰੁਮਾਲ ਜਿਹਾ ਅਤੇ ਮੇਰੇ ਵਿੱਚ ਸੱਟ ਲਿਆ ਉਹਨਾਂ ਨੇ ਅਤੇ ਵੀ ਮੇਰੇ ਨਾਲ ਜ਼ਬਰਦਸਤੀ ਕੀਤੀ, ਮੇਰਾ ਟੀਕਾ ਟੂਕਾ ਲਗਾ ਤਾ ਉਹਨਾਂ ਨੇ ਅਤੇ ਮੇਰਾ ਗੋਲੀ ਵੀ ਦਿੱਤੀਆਂ ਦੋ ਖਾਣ ਨੂੰ, ਮੈਂ ਖਾਂਦੀ ਨਹੀਂ ਸੀ, ਮੇਰੇ ਧੱਕੇ ਨਾਲ ਖਵਾਈ ਗੋਲੀ ਅਤੇ ਮੈਨੂੰ ਕੁੱਟ ਮਾਰ ਕੀਤੀ। ਮੈਨੂੰ ਪਤਾ ਲੱਗਾ ਸੁਬਹ, ਮੈਨੂੰ ਪਤਾ ਲੱਗਾ ਵੀ ਇਹ ਧੂਰੀ ਹੈ ਜੀ। ਹਾਂਜੀ। ਤੇ ਮੈਨੂੰ ਉੱਥੇ ਕਿਸੇ ਨੇ ਕੱਢਿਆ, ਕਹਿੰਦੇ ਕੁੜੀ ਸੀ ਉੱਥੇ, ਕਹਿੰਦੀ ਤੂੰ ਚਲੀ ਜਾ ਭੈਣ ਵਾਲੇ, ਕਹਿੰਦੀ ਤੈਨੂੰ ਕਹਿੰਦੀ ਉਹ ਵੇਚ ਦੇਣਗੇ, ਕਹਿੰਦੀ ਰਾਤ ਨੂੰ ਵੀ ਗਲਤ ਕੰਮ ਉਹਨਾਂ ਨੇ ਮੇਰੇ ਨਾਲ ਕਰਵਾ ਤੇ ਉਹ ਜਿਹੜੀ ਇੱਕ ਦਾ ਨਾ ਮੈਨੂੰ ਪਤਾ ਵੀ ਭੋਲੀ ਆ ਉਹਦਾ। ਇੱਥੇ ਜੀ ਮੈਂ ਉੱਥੋਂ ਜਦੋਂ ਸੁਬਹਾ ਮੈਂ ਨਿਕਲੀ ਨਾ, ਮੈਂ ਮੋਟਰਸਾਈਕਲ ਵਾਲੇ ਨੂੰ ਇੱਕ ਹੱਥ ਦਿੱਤਾ, ਮੈਂ ਕਿਹਾ ਬਈਆ ਮੈਨੂੰ ਲੈ ਜਾਓ, ਅਤੇ ਮੇਰੇ ਨਾਲ ਆਹ ਹਾਲਤਾ ਹੋ ਗਿਆ ਅਤੇ ਉਹ ਕਹਿੰਦਾ ਵੀ ਭੈਣੇ ਤੈਨੂੰ ਮੈਂ ਨਾ ਲੁਧਿਆਣੇ ਵਾਲੀ ਬੱਸ ਚੜ੍ਹਾ ਸਕਦਾ ਵਾਂ ਅਤੇ ਵੀ ਤੈਨੂੰ ਧੁਰ ਨਹੀਂ ਮੈਂ ਛੱਡ ਸਕਦਾ ਹੈਗਾ। ਉਹਨਾਂ ਨੇ ਮੈਨੂੰ ਕਿਰਾਇਆ ਦਿੱਤਾ, ਕਿਰਾਇਆ ਦੇ ਕੇ ਅਤੇ ਮੈਨੂੰ ਬੱਸ ਚੜ੍ਹਾ, ਉਹਨਾਂ ਨੇ ਲੁਧਿਆਣੇ ਵਾਲੀ, ਮੈਂ ਲੁਧਿਆਣੇ ਆ ਗਈ, ਲੁਧਿਆਣੇ ਸਕਿਉਰਟੀ ਗਾਰਡ ਉਹਨਾਂ ਕੋਲ ਖੜ੍ਹ ਗਈ, ਮੈਂ ਕਿਹਾ ਅੰਕਲ ਜੀ ਮੇਰੇ ਨਾਲ ਗੱਲ ਹੋ ਗਈ, ਮੇਰੇ ਘਰ ਘਰ ਫੋਨ ਲਾ ਦੇਵਾਂ ਮਾੜੇ, ਉਹਨਾਂ ਨੇ ਫੋਨ ਲਗਾਇਆ ਘਰ ਮੇਰੇ। ਫਿਰ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਤੁਹਾਨੂੰ ਲੈ ਕੇ ਗਏ? 2:30 ਦਾ ਟਾਈਮ ਸੀ ਜੀ। ਤੇ ਕਦੋਂ ਤੁਹਾਨੂੰ ਉਹਨਾਂ ਨੇ ਛੱਡਿਆ ਫਿਰ? ਮੈਂ ਸੁਬਹ ਨਿਕਲੀ ਜੀ ਉੱਥੋਂ। ਅਗਲੇ ਦਿਨ ਸੁਬਹ ਨਿਕਲੇ? ਹਾਂਜੀ, ਮੈਨੂੰ ਟਾਈਮ ਦਾ ਨਹੀਂ ਇੰਨਾ ਪਤਾ ਲੱਗਣਾ, ਨਹੀਂ ਰਾਸੀ ਪਰ ਇੱਕ ਦਿਨ ਤੇ ਇੱਕ ਰਾਤ ਉਹਨਾਂ ਨੇ ਉੱਥੇ ਤੁਹਾਨੂੰ ਰੱਖਿਆ, ਅਗਲੇ ਦਿਨ ਤੁਹਾਨੂੰ ਹੋਸ਼ ਆਇਆ ਫਿਰ? ਹਾਂਜੀ, ਸੁਬਹ ਥੋੜ੍ਹਾ ਹੋਸ਼ ਆਇਆ ਜਦੋਂ ਮੈਂ ਨਿਕਲੀ ਉੱਥੋਂ। ਪੰਜ ਪੀੜੀ ਮੱਥਾ ਟੇਕਣ ਗਏ ਸੀ, ਕੱਲ੍ਹ ਦੀ ਗੱਲ ਹੈ? ਐਤਵਾਰ ਦੀ ਜੀ। ਇਸ ਸਬੰਧੀ ਪੀੜਤਾ ਦੇ ਪਤੀ ਨੇ ਦੱਸਿਆ ਕਿ ਉਸਨੂੰ ਉਸਦੀ ਪਤਨੀ ਦਾ ਫੋਨ ਆਇਆ ਸੀ ਕਿ ਦੋ ਔਰਤਾਂ ਤੇ ਦੋ ਮੁੰਡਿਆਂ ਨੇ ਉਸਨੂੰ ਚੁੱਕ ਲਿਆ ਹੈ ਅਤੇ ਉਸਦਾ ਰੇਪ ਕੀਤਾ ਹੈ। ਜੀ ਕੀ ਨਾਮ ਹੈ ਜੀ? ਮੇਰਾ ਨਾਂ ਨੋਨੀ ਹੈ, ਕੁੜੀ ਵਾਲੇ ਵਿਹੜੇ ਦਾ ਰਹਿਣ ਵਾਲਾ ਜੀ, ਨਿਗਾਹ ਰੋਡ ਵਾਰਡ ਨੰਬਰ 25। ਕੀ ਘਟਨਾ ਵਾਪਰੀ ਤੁਹਾਡੀ? 25 ਜਾਂ ਮੈਂ ਨਾ ਵਾਪਰਾਂ ਹੀ ਘਟੀ ਹੈ, ਮੇਰੀ ਸਾਲੀ ਦੇ ਕੋਲ ਮੇਰੇ ਘਰ ਵਾਲੀ ਗਈ ਸੀ ਅਤੇ ਉੱਥੋਂ ਮੁੜ ਕੇ 12 ਵਜੇ ਇੱਥੋਂ ਗਈ ਆ ਅਤੇ ਉੱਥੇ 2:30 ਵਜੇ ਰੋਟੀ ਪਾਣੀ ਖਾ ਕੇ ਤੁਰ ਗਈ। ਕਿੱਥੇ ਗਈ ਸੀ ਜੀ? 12 ਥੱਲੇ ਗਈ। ਠੀਕ ਹੈ। ਥੱਲੇ ਕੀ ਗਈ ਸੀਗੀ ਅਤੇ ਕਿੰਨੇ ਵੇਲੇ ਗਏ ਸੀ? ਇਹ ਸਾਲੀ ਮੇਰੀ ਕੁੜੀ। ਠੀਕ ਹੈ। ਅਤੇ ਉੱਥੇ ਰੋਟੀ ਪਾਣੀ ਖਾ ਕੇ 2:30 ਵਜੇ ਉੱਥੇ ਤੁਰ ਪਈ ਆ, ਸਾਗ ਉਹਨਾਂ ਨੇ ਦਿੱਤਾ ਇਹਨੂੰ ਪਾ ਕੇ ਅਤੇ ਐਤਵਾਰ ਦਾ ਦਿਨ ਸੀਗਾ ਜੀ, 3 ਤਰੀਕ ਜੀ, ਅਤੇ ਉਹ ਟੈਂਪੂ ਟੂੰਪੂ ਨਹੀਂ ਮਿਲਿਆ ਐਤਵਾਰ ਨੂੰ ਜੀ, ਬੰਦ ਬੁੰਦ ਹੋ ਗਿਆ। ਇਹ ਕਹਿੰਦੀ ਚਲ ਮੈਂ ਰਕਸ਼ਾ ਲੈ ਲੈਂਦੀ ਹਾਂ ਅਤੇ ਗਾਂਹ ਕਿਤੇ ਤੁਰੀ ਆਈ ਅਤੇ ਦੋ ਬੁੜੀਆਂ ਆ ਗਈਆਂ ਜੀ ਇਹਨਾਂ ਨੂੰ ਪਿੱਛੇ ਅਤੇ ਇਹਦੇ ਨਾਲ ਗੱਲਾਂ ਕਰਨ ਲੱਗ ਗਈਆਂ, ਦੋ ਕੁ ਮਿੰਟ ਇਹਦੇ ਨਾਲ ਗੱਲਾਂ ਕੀਤੀਆਂ ਉਹਨਾਂ ਨੇ ਜੀ, ਅਤੇ ਉਹਨਾਂ ਨੇ ਉਦੋਂ ਨੂੰ ਗੱਡੀ ਇੱਕ ਆ ਗਈ ਆ, ਬੰਦਾ ਗੱਡੀ ਦੇ ਵਿੱਚੋਂ ਨਿਕਲਿਆ ਵਾ ਅਤੇ ਜਦੋਂ ਬੰਦਾ ਨਿਕਲਿਆ ਵਾ ਉਹਨਾਂ ਨੇ ਬੁੜੀ ਨੇ ਇੱਕ ਨੇ ਮੂੰਹ 'ਤੇ ਇਹਦੇ ਰੁਮਾਲ ਰੱਖ ਲਿਆ ਵਾ, ਕੋਈ ਨਸ਼ਾ ਨੁਸ਼ਾ ਲੱਗਾ ਹੋਣਾ ਰੁਮਾਲ 'ਤੇ, ਅਤੇ ਇਹਨੂੰ ਗੱਡੀ ਦੇ ਵਿੱਚ ਤਿੰਨਾਂ ਨੇ ਬਾਲਿਆ, ਇਹਨੇ ਲੱਤਾਂ ਲੁੱਤਾਂ ਮਾਰੀਆਂ, ਧੱਕੇ ਨਾਲ ਲੱਫੜ ਲੁੱਫੜ ਮਾਰ ਕੇ ਢੂਹੀ ਢਾਈ ਕੁੱਟਣ ਲੱਗ ਗਏ, ਧੱਕੇ ਨਾਲ ਬਾਲਿਆ ਇਹਨੂੰ, ਇਹਨੂੰ ਘਰ ਲੈ ਗਏ ਆ ਜੀ। ਇੱਥੇ ਕਿੱਥੇ ਲੈ ਕੇ ਚਲੇ? ਲੈ ਕੇ ਜੀ ਇਹ ਨਹੀਂ ਮੈਨੂੰ ਪਤਾ ਲੱਗਾ, ਕਿਉਂਕਿ ਜਦੋਂ ਮੈਂ ਜੀ ਮੁੜ ਕੇ ਸ਼ਾਮ ਨੂੰ ਆਇਆ ਵਾ ਇਹਦਾ ਫੋਨ ਆਇਆ ਰਾਤ ਨੂੰ 9:30 ਵਜੇ ਜੀ, 9:15 ਵਜੇ 9:30 ਵਜੇ ਇੰਨਾ ਕੁ ਟਾਈਮ ਸੀਗਾ ਜੀ, ਅਤੇ ਮੈਂ ਇਹ ਮੈਨੂੰ ਫੋਨ ਆਇਆ ਰੋਂਦੀ ਭੜਾਉਂਦੀ ਦਾ ਵੀ ਮੇਰੇ ਨਾਲ ਧੱਕਾ ਹੋ ਰਿਹਾ ਵਾ, ਮੈਨੂੰ ਬਹੁਤ ਕੁੱਟੀ ਜਾਂਦੇ ਆ, ਪਤਾ ਨਹੀਂ ਕੌਣ ਆ, ਦੋ ਬੁੜੀ ਦੋ ਬੰਦੇ ਵੀ ਵੱਡੇ ਵੱਡੇ ਰੋਡ ਆ ਇੱਧਰ ਦਿੱਲੀ ਵੱਲ ਨੂੰ ਲਈ ਜਾਂਦੇ ਆ, ਮੈਂ ਕਿਹਾ ਤੂੰ ਕੌਣ ਆ? ਇਹ ਕਹਿੰਦੀ ਪਤਾ ਨਹੀਂ ਮੈਨੂੰ, ਮੈਂ ਕਿਹਾ ਐਂ ਕਿਵੇਂ ਪਤਾ ਲੱਗੂ ਤੂੰ ਹੈ ਕਿੱਥੇ? ਕਹਿੰਦੀ ਮੈਨੂੰ ਕੁੱਟੀ ਮਾਰੀ ਜਾਂਦੇ ਆ, ਅਤੇ ਮੈਂ ਕਿਹਾ ਤੂੰ ਮੈਨੂੰ ਫੋਨ ਕਿਵੇਂ ਲਾਇਆ? ਕਹਿੰਦੀ ਮੈਂ ਆਪਣੇ ਵਾਲੇ ਫੋਨ ਤੋਂ ਤਾਂ ਫੋਨ ਲਾਤਾ, ਪਹਿਲਾਂ ਇਹਨਾਂ ਨੇ ਖੇਤਾਂ ਦੇ ਵਿੱਚ ਮੇਰੇ ਨਾਲ ਇਹਨਾਂ ਨੇ ਰੇਪ ਕੀਤਾ ਕੁੱਟ ਮਾਰ ਕੇ ਖੇਤਾਂ ਦੇ ਵਿੱਚ,
ਅਤੇ ਜਦੋਂ ਰੇਪ ਕਰਕੇ ਇਹ ਕਹਿੰਦੀ ਬਾਹਰ ਆ ਅਤੇ ਮੈਨੂੰ ਕਹਿੰਦੀ ਗੱਡੀ 'ਚ ਇਹਨਾਂ ਨੇ ਤਾੜਤਾ ਵਾ ਅਤੇ ਮੇਰੇ ਕੋਲ ਕਹਿੰਦੀ ਮੈਂ ਆਪਣੇ ਵਾਲੇ ਫੋਨ 'ਤੇ ਛੇਤੀ ਛੇਤੀ ਫੋਨ ਲਾਇਆ ਕਰਨ ਨਾਲ ਕਹਿੰਦੇ ਉਦੋਂ ਨੂੰ ਕਹਿੰਦੀ ਆ ਗਏ ਅਤੇ ਉਦੋਂ ਉਹਨਾਂ ਨੇ ਫੋਨ ਕੱਟਤਾ ਅਤੇ ਸੁਬਹਾ ਨੂੰ ਮੈਨੂੰ 8:30 ਮੈਨੂੰ ਫਿਰ 7:15 ਫੋਨ ਆਇਆ ਇਹਦਾ ਰਾਤ ਨੂੰ ਲੱਭਦਾ ਰਿਹਾ ਥਾਣੇ ਵੀ ਗਏ ਕੋਈ ਸੁਣਵਾਈ ਨਹੀਂ ਹੋਈ। ਉੱਧਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲਾ ਜੀ ਸਾਨੂੰ ਕੋਈ ਰਾਤ ਤੋਂ ਇਤਲਾਹ ਗਈ ਸੀਗੀ ਥਾਣੇ ਵੱਲੋਂ ਜੀ, ਇੱਕ ਲੜਕੀ ਕੋਲ ਰਜਨੀ ਵਾਈਫ ਆਫ ਨੋਨੀ ਮੋਗੇ ਦੀ ਰਹਿਣ ਵਾਲੀ ਆ, ਕੋਈ ਇਸ ਨਾਲ ਕੋਈ ਸੈਕਸੁਅਲ ਅਸਲਟ ਸੰਬੰਧੀ ਕੋਈ ਹੋਈ ਹੈ ਉਹਦੇ ਸੰਬੰਧੀ ਜੀ ਆਏ ਸੀ ਬਿਆਨ ਨਾਲ ਸਟੇਟਮੈਂਟ ਲੈਣ ਆਏ ਸੀ, ਉਹ ਸਟੇਟਮੈਂਟ ਜਿਹੜੀ ਦਿੱਤੀ ਆ ਹੁਣ ਇਸ ਫਿਲਹਾਲ ਸਟੇਟਮੈਂਟ ਲਈ ਪੜਤਾਲ ਕਰਦੇ ਕੀ ਹੋਇਆ ਕਿਸ ਤਰ੍ਹਾਂ ਹੋਇਆ ਜੀ ਮਾਮਲਾ, ਇਹ ਦੱਸ ਰਹੇ ਨੇ ਮੈਨੂੰ ਇੱਥੋਂ ਅਗਵਾ ਕਰਕੇ ਲੈ ਗਏ ਅਤੇ ਬਾਕੀ ਹੁਣ ਡਿਸਕਸ ਕਰਦੇ ਹਾਂ ਵੀ ਇਹ ਬੂਹਾ ਇੱਥੇ ਦਾ ਬਣਦਾ ਕਿ ਜਾਂ ਧੂਰੀ ਦਾ ਬਣਦਾ ਇੱਥੇ ਦਾ ਬਣਦਾ ਉਹਦੇ ਹਿਸਾਬ ਨਾਲ ਜੋ ਬਣਦੀ ਆ ਕਰਦੇ ਸੀ ਕਰਦੇ ਅਤੇ ਕੀ ਦੱਸਿਆ ਗਿਆ ਜੀ ਬਿਆਨ 'ਚ ਉਹਨਾਂ ਨੇ ਕੀ ਦੱਸਿਆ ਵੀ ਕਿੱਥੋਂ ਇੱਥੋਂ ਲੈ ਕੇ ਧੂਰੀ ਰੱਖਿਆ ਗਿਆ ਜੀ? ਹਾਂ ਉਹ ਇੱਥੋਂ ਦੱਸ ਰਹੇ ਨੇ ਵੀ ਇੱਥੋਂ ਪਿੰਡ ਸੀਗਾ ਨਾਲ ਹੀ ਪੰਜ ਪੀਰਾਂ ਦੇ ਘੱਲੇ ਜੀ ਪਿੰਡ ਤੋਂ ਇੱਥੋਂ ਅਗਵਾ ਕੀਤਾ, ਉਹ ਕਹਿੰਦੇ ਵੀ ਦੋ ਲੇਡੀਜ਼ ਅਤੇ ਦੋ ਜੈਂਟਸ ਦੀ ਗੱਡੀ ਦੇ ਵਿੱਚ ਇੱਥੋਂ ਅਗਵਾ ਕਰ ਲਿਆ, ਮੈਨੂੰ ਕੁਛ ਸੰਭਾਲਤਾ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਚੌੜੀਆਂ ਚੌੜੀਆਂ ਸੜਕਾਂ ਰਾਹੀਂ ਉਹ ਲੈ ਕੇ ਗਏ ਨੇ ਮੈਨੂੰ ਕਿੱਥੇ ਲੈ ਗਏ ਨੇ ਮੈਨੂੰ ਨਹੀਂ ਪਤਾ, ਮੈਨੂੰ ਤਾਂ ਸਵੇਰੇ ਹੀ ਪਤਾ ਲੱਗਿਆ ਵੀ ਮੈਨੂੰ ਕਿਸੇ ਲੇਡੀ ਨੇ ਦੱਸਿਆ ਵੀ ਇਹ ਧੂਰੀ ਆ। ਅਤੇ ਫਿਰ ਉੱਥੋਂ ਵਾਪਸ ਕਿਵੇਂ ਆਏ ਜੀ ਇਹਨਾਂ ਨੂੰ ਦੱਸਿਆ ਹੋਣਾ? ਵਾਪਸ ਇਹਨਾਂ ਨੇ ਗਿਆ ਵੀ ਮੈਂ ਉੱਥੋਂ ਮੈਂ ਇੱਕ ਮੋਟਰਸਾਈਕਲ ਨੂੰ ਹੱਥ ਲੈ ਕੇ ਮੇਨ ਰੋਡ 'ਤੇ ਆ ਗਏ ਸੀ, ਮੇਨ ਰੋਡ ਤੋਂ ਚੜ੍ਹ ਕੇ ਫਿਰ ਲੁਧਿਆਣੇ ਆ ਗਏ, ਲੁਧਿਆਣੇ ਤੋਂ ਘਰਵਾਲੇ ਨੂੰ ਫੋਨ ਕੀਤਾ ਅਤੇ ਉਹ ਮੈਨੂੰ ਲੈ ਗਏ ਅਤੇ ਹਸਪਤਾਲ ਦਾ ਸੈਕਸੁਅਲ ਦਾ ਦੱਸ ਰਿਹਾ ਵੀ ਤੁਸੀਂ ਦੱਸ ਰਹੇ ਹੋ ਵੀ ਸੈਕਸੁਅਲ ਹਰਾਸਮੈਂਟ ਹੋਈ ਹੈ? ਹਾਂ ਉਹ ਦੱਸ ਰਹੀ ਹੈ ਵੀ ਸੈਕਸੁਅਲ ਹਰਾਸਮੈਂਟ ਹੋਈ ਹੈ, ਲੇਕਿਨ ਇਹ ਨਹੀਂ ਪਤਾ ਕਿੱਥੇ ਹੋਈ ਹੈ ਜੀ ਫਿਲਹਾਲ। ਮੋਗਾ ਤੋਂ ਕੁਲਦੀਪ ਘੋਲੀਆ ਤੇ ਚਮਕੌਰ ਲੋਪੋ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ TV ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।